ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ, ਆਪਾਂ ਖਬਰਾਂ ਦੇ ਵੱਲ ਆਈਏ, ਸਵਾਤੀ ਮਾਲੀਵਾਲ ਤੋਂ ਸ਼ੁਰੂਆਤ ਕਰੀਏ। ਸਵਾਤੀ ਮਾਲੀਵਾਲ ਦੇ ਨਾਲ ਜਦੋਂ ਤੋਂ ਘਟਨਾ ਵਾਪਰੀ ਹੈ, ਉਹ ਤੋਂ ਆਪਾਂ ਕਈ ਪਹਿਲੂਆਂ ਤੋਂ ਇਹ ਗੱਲਬਾਤ ਕੀਤੀ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਤਰ੍ਹਾਂ ਤਰ੍ਹਾਂ ਦੇ ਚਰਚੇ ਆਪਾਂ ਇਸ ਖਬਰ ਨੂੰ ਲੈ ਕੇ ਦੇਖ ਰਹੇ ਹਾਂ। ਸਵਾਤੀ ਮਾਲੀਵਾਲ ਦੇ ਬਾਰੇ ਇਹ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਕਿ ਆਪਣਾ ਅਸਤੀਫਾ ਰੁਕਵਾਉਣ ਗਈ ਸੀ ਕੇਜਰੀਵਾਲ ਦੇ। ਆਪਾਂ ਕੱਲ ਵੀ ਇਸ ਪਹਿਲੂ ਤੇ ਗੱਲ ਕਰ ਰਹੇ ਸੀ ਔਰ ਕੱਲ ਵੀ ਆਪਾਂ ਇਹ ਬਾਦਸ਼ਾਹ ਸੀਗਾ ਕਿ 2 ਜਾਂ 3 ਰਾਜ ਸਭਾ ਮੈਂਬਰਾਂ ਤੋਂ ਅਸਤੀਫੇ ਵੀ ਲੈ ਸਕਦੀ ਆਮ ਆਦਮੀ ਪਾਰਟੀ ਔਰ ਉਸ ਤੋਂ ਬਾਅਦ ਨਵਿਆਂ ਨੂੰ ਵੀ ਭੇਜ ਸਕਦੀ ਹੈ, ਕਿਉਂਕਿ ਏਦਾਂ ਜੇ ਕੋਈ ਨਿਰਾਸ਼ ਹੋ ਕੇ ਪਾਰਟੀ ਛੱਡ ਜਾਵੇ ਤਾਂ ਉਹਦੇ ਨਾਲ ਰਾਜ ਸਭਾ ਨਾਲੇ ਚਲੀ ਜਾਂਦੀ ਹੈ। ਇਸ ਲਈ ਕੇਜਰੀਵਾਲ ਹੋਰੀ ਚਾਹੁੰਦੇ ਨੇ ਕਿ ਇਹ ਅਸਤੀਫੇ ਦੇ ਦੇਣ ਤੇ ਅਸੀਂ ਨਵੇਂ ਬੰਦਿਆਂ ਨੂੰ ਭੇਜ ਦਈਏ। ਇਸ ਕੁਆਇਦ ਦੇ ਵਿੱਚ ਸਵਾਤੀ ਮਾਲੀਵਾਲ ਦਾ ਨਾਮ ਵੀ ਵਿਚਾਰਿਆ ਜਾ ਰਿਹਾ ਸੀ। ਸੋ ਇਹਦੀ ਜਾਣਕਾਰੀ ਸਵਾਤੀ ਮਾਲੀਵਾਲ ਨੂੰ ਮਿਲੀ, ਇਸ ਲਈ ਉਹ ਆਪਣਾ ਅਸਤੀਫਾ ਰੁਕਵਾਉਣ ਕੇਜਰੀਵਾਲ ਦੇ ਘਰ ਗਈ ਸੀ, ਕਿਉਂਕਿ ਜੋ ਕਹਾਣੀ ਬਾਹਰ ਆ ਰਹੀ ਹੈ ਉਹ ਪੈਰਲਰ ਸਵਾਤੀ ਮਾਲੀਵਾਲ ਦੀ ਸ਼ਿਕਾਇਤ ਦੇ ਬਰਾਬਰ ਚੱਲ ਰਹੀ ਹੈ। ਠੀਕ ਹੈ, ਸ਼ਿਕਾਇਤ ਵਾਲੀ ਘਟਨਾ ਜਾਂ ਮਤਲਬ ਫੋਨ ਵਾਲੀ ਘਟਨਾ ਜਾਂ ਇਹ ਸਾਰੀ ਵਾਰਦਾਤ 13 ਮਈ ਦੀ ਹੈ ਤੇ ਪਰ ਭਾਰਤੀ ਸਮੇਂ ਅਨੁਸਾਰ ਵੀਰਵਾਰ ਰਾਤ ਨੂੰ 16 ਤਰੀਕ ਨੂੰ ਪੁਲਿਸ FIR ਦਰਜ ਕਰਦੀ ਹੈ। ਠੀਕ ਹੈ ਜੀ, FIR ਦਰਜ ਕੱਲ ਹੋ ਗਈ ਹੈ। ਬਕਾਇਦਾ ਤੌਰ ਤੇ ਪੁਲਿਸ ਦੀ ਟੀਮ ਸਵਾਤੀ ਮਾਲੀਵਾਲ ਦੇ ਘਰੇ ਗਈ ਸੀ, ਘਰੇ ਜਾ ਕੇ ਉਹਦਾ ਬਿਆਨ ਦਰਜ ਕੀਤਾ, ਉਸ ਤੋਂ ਬਾਅਦ ਉਸਦਾ ਮੈਡੀਕਲ ਕਰਾਉਣ ਲਈ ਉਸਨੂੰ AIIMS ਲੈ ਕੇ ਗਏ। ਰਾਤ ਭਾਰਤੀ ਸਮੇਂ ਅਨੁਸਾਰ ਰਾਤ ਦੇ 11 ਵਜੇ ਉਹਨੂੰ AIIMS ਲਿਜਾਇਆ ਜਾਂਦਾ ਤੇ 3:14 ਤੇ AIIMS ਤੋਂ ਬਾਹਰ ਆਉਂਦੀ ਹੈ ਸਵਾਤੀ ਮਾਲੀਵਾਲ ਪੁਲਿਸ ਦੀ ਟੀਮ ਦੇ ਨਾਲ ਤੇ ਫਿਰ ਉਹ 3:30 ਆਪਣੇ ਰਾਤ ਨੂੰ ਮਤਲਬ ਘਰੇ ਤੜਕੇ ਕਹਿ ਦਿੱਤੀ ਹੁੰਦਾ ਦੂਏ ਦਿਨ ਦੀ ਫਿਰ ਘਰੇ ਪਹੁੰਚਦੀ ਹੈ। ਇਹ ਸਭ ਦੇ ਦਰਮਿਆਨ ਬਕਾਇਦਾ ਤੌਰ ਤੇ ਵੈਭਵ ਕੁਮਾਰ ਦੇ ਖਿਲਾਫ਼ ਪਰਚਾ ਦਰਜ ਕਰ ਲਿਆ, FIR ਹੋ ਗਈ ਹੈ, ਜਿਹਦੇ ਵਿੱਚ ਧਾਰਾ 354 ਛੇੜਛਾੜ ਦੀ ਧਾਰਾ, ਠੀਕ ਹੈ ਜੀ, ਧਾਰਾ 323 ਕੁੱਟਮਾਰ ਦੀ ਧਾਰਾ, ਧਾਰਾ 506 ਜਾਨ ਤੋਂ ਮਾਰਨ ਦੀ ਧਮਕੀ, ਧਾਰਾ 509 ਮਤਲਬ ਘਟੀਆ ਸ਼ਬਦਾਵਲੀ ਦੀ ਵਰਤੋਂ, ਇਹਨਾਂ ਧਾਰਾਵਾਂ ਦੇ ਤਹਿਤ ਵਿਵੇਕ ਕੁਮਾਰ ਦੇ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ, FIR ਹੋ ਗਈ। ਦੂਸਰੇ ਪਾਸੇ ਰਾਸ਼ਟਰੀ ਮਹਿਲਾ ਕਮਿਸ਼ਨ ਹੈ ਜਿਹੜਾ, ਉਹਨੇ ਮਤਲਬ ਖੁਦੇ ਨੋਟਿਸ ਲਿਆ ਇਸ ਘਟਨਾ ਦਾ ਜੀ, ਤੇ ਉਹਨੇ ਵੀ ਵਿਵੇਕ ਕੁਮਾਰ ਨੂੰ ਤਲਬ ਕਰ ਲਿਆ। ਠੀਕ ਹੈ, ਪਰ ਫਿਲਹਾਲ ਵਿਵੇਕ ਕੁਮਾਰ ਕੇਜਰੀਵਾਲ ਦੇ ਨਾਲ ਨੇ, ਉਹ ਪਹਿਲਾਂ ਲਖਨਊ ਚ ਦੇਖੇ ਗਏ ਸੀ ਤੇ ਹੁਣ ਪੰਜਾਬ ਚ ਨੇ ਤੇ ਫਿਰ ਉਹ ਜਦੋਂ ਵਾਪਸ ਜਾਂਦੇ ਨੇ ਫਿਰ ਉਸ ਤੋਂ ਬਾਅਦ ਸਾਫ਼ ਹੋਈ ਕੀ ਹੈ। ਪਰ ਹੁਣ ਇਸ ਘਟਨਾ ਨੂੰ ਜੇਕਰ ਤੁਸੀਂ ਦੂਸਰੇ ਰਾਜਨੀਤਿਕ ਪਹਿਲੂ ਤੋਂ ਵੀ ਸਮਝਣਾ ਪ੍ਰਵੀਨ ਜੀ, ਤਾਂ ਤੁਹਾਨੂੰ ਇਹ ਬਚਣਾ ਪੈਣਾ ਕਿ 13 ਮਈ ਨੂੰ 9:34 ਤੇ ਸਵਾਤੀ ਮਾਲੀਵਾਲ CM ਦੇ ਘਰੇ ਪਹੁੰਚਦੀ ਹੈ। ਉਹ ਸਵਾਤੀ ਮਾਲੀਵਾਲ ਜਿਹੜੀ ਬੇਰੋਕ ਟੋਕ ਕੇਜਰੀਵਾਲ ਦੇ ਦਫ਼ਤਰ ਚ, ਉਹਦੇ ਘਰ ਚ, ਉਹਦੇ ਰਹਿਸ਼ ਵਾਲੇ ਉਸ CM ਵਾਲੇ ਬੈਠਕ ਰੂਮ ਚ ਆਰਾਮ ਨਾਲ ਜਾ ਸਕਦੀ ਹੈ, ਜਿਸ ਨੂੰ ਕੋਈ ਰੋਕ ਟੋਕ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਤੇ ਉਹ ਸਵਾਤੀ ਮਾਲੀਵਾਲ ਹੈ ਜਿਹੜੀ ਕੇਜਰੀਵਾਲ ਨਾਲ ਜਿਸ ਤਰ੍ਹਾਂ NGO ਚ ਕੰਮ ਕਰਦਿਆਂ ਗੱਲ ਕਰਦੀ ਸੀ, ਉਸੇ ਤਰ੍ਹਾਂ CM ਰਹਿੰਦਿਆਂ ਗੱਲ ਕਰਦੀ। ਠੀਕ ਹੈ, ਪਰ ਉਸ ਦਿਨ ਉਸਨੂੰ ਡਰਾਇੰਗ ਰੂਮ ਤੋਂ ਅੱਗੇ ਨਹੀਂ ਬਦਲ ਦਿੱਤਾ ਜਾਂਦਾ। ਠੀਕ ਹੈ ਜੀ, ਤੇ ਉਸਨੂੰ ਕਿਹਾ ਜਾਂਦਾ ਕਿ ਤੁਸੀਂ ਇੱਥੇ ਬੈਠੋ, ਵਿਵੇਕ ਕੁਮਾਰ ਕਹਿੰਦਾ ਕਿ ਤੁਸੀਂ ਇੱਥੇ ਬੈਠੋ, 15-20 ਮਿੰਟ ਇੰਤਜ਼ਾਰ ਕਰੋ, ਮਤਲਬ ਇੰਤਜ਼ਾਰ ਕਰੋ। ਤੇ 15-20 ਮਿੰਟ ਬਾਅਦ ਫਿਰ ਸਵਾਤੀ ਮਾਲੀਵਾਲ ਫਿਰ ਵਿਵੇਕ ਨੂੰ ਕਹਿੰਦੀ ਹੈ ਕਿ ਕਿੰਨਾ ਟਾਈਮ ਲੱਗੂਗਾ, ਮੈਂ ਮਿਲਣਾ, ਮੇਰਾ ਮਿਲਣਾ ਬਹੁਤ ਜ਼ਰੂਰੀ ਹੈ। ਤੇ ਉਹ ਕਹਿੰਦਾ ਜੀ ਇੰਤਜ਼ਾਰ ਤਾਂ ਕਰਨਾ ਪਊਗਾ, ਉਹ ਬਿਜ਼ੀ ਨੇ ਤੇ ਇਹ ਗਰੰਟੀ ਨਹੀਂ ਕਿ ਮੁਲਾਕਾਤ ਹੋਊਗੀ ਜਾਂ ਨਹੀਂ ਹੋਊਗੀ। ਠੀਕ ਹੈ, ਇਸ ਗੱਲ ਤੋਂ ਕਹਿੰਦੇ ਸਵਾਤੀ ਮਾਲੀਵਾਲ ਨਾਰਾਜ਼ ਹੋ ਕੇ ਡਰਾਇੰਗ ਰੂਮ ਚ ਉੱਠਦੀ ਹੈ ਤੇ ਕੇਜਰੀਵਾਲ ਦੇ ਕਮਰੇ ਕੰਨੀ ਨੂੰ ਜਿਹੜਾ ਉਹਦਾ ਦਫ਼ਤਰੀ ਕਮਰਾ ਉੱਥੇ ਉਸ ਘਰ ਦੇ ਵਿੱਚ ਉੱਧਰ ਨੂੰ ਵੱਧਦੀ ਹੈ ਤੇ ਜਿੱਦਾਂ ਹੀ ਉੱਧਰ ਨੂੰ ਵੱਧਦੀ ਹੈ ਤੇ ਵਿਵੇਕ ਕੁਮਾਰ ਆਪਣੀ ਕਹਿੰਦੇ ਡਿਊਟੀ ਨਿਭਾਉਂਦੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰਦਾ, ਜਿੱਥੋਂ ਫਿਰ ਇਹ ਤਕਰਾਰ, ਤੋਹਮਤਬਾਜ਼ੀ, ਬਦਸਲੂਕੀ,
ਕਾਲੀ ਗਲੋਚ ਇਹ ਘਟਨਾਵਾਂ ਜਨਮ ਲੈਂਦੀਆਂ ਨੇ। ਇਹਦੀ ਕਿੰਨੀ ਸੱਚਾਈ ਹੈ ਕਿੰਨੀ ਹਕੀਕਤ ਹੈ ਇਹ ਤਾਂ ਵਿਵੇਕ ਕੁਮਾਰ ਜਾਂ ਸਵਾਤੀ ਮਾਲੀਵਾਲ ਜਾਂ ਉੱਥੇ ਦੇ ਜੇ ਸੀਸੀਟੀਵੀ ਲੱਗੇ ਹੋਣਗੇ ਤਾਂ ਉਹ ਦੱਸ ਜਾਣਦੇ ਹੋਣਗੇ। ਪਰ ਉਸ ਤੋਂ ਬਾਅਦ ਪੁਲਿਸ ਨੂੰ ਫੋਨ ਜਾਂਦਾ ਇੱਕ ਲਾਈਨ ਚ ਸ਼ਿਕਾਇਤ ਜਾਂਦੀ ਹੈ। ਇੱਕ ਲਾਈਨ ਦੀ ਸ਼ਿਕਾਇਤ ਦੇ ਵਿੱਚ ਸਵਾਤੀ ਮਾਲੀਵਾਲ ਕਹਿੰਦੀ ਹੈ ਕਿ ਮੈਂ ਹੁਣ ਸੀਐਮ ਦੇ ਘਰੇ ਹਾਂ, ਉਹਨਾਂ ਨੇ ਆਪਣੇ ਪੀਏ ਵਿਵੇਕ ਕੁਮਾਰ ਤੋਂ ਮੇਰੀ ਕੁੱਟਮਾਰ ਕਰਵਾਈ, ਠੀਕ ਹੈ, ਜਾਂ ਉਹਨਾਂ ਦੇ ਪੀਏ ਵਿਵੇਕ ਕੁਮਾਰ ਨੇ ਮੇਰੇ ਨਾਲ ਕੁੱਟਮਾਰ ਕੀਤੀ ਹੈ। ਇੱਕ ਲਾਈਨ ਦੀ ਸ਼ਿਕਾਇਤ ਸੀ, ਜਿਸ ਤੋਂ ਬਾਅਦ ਸਾਰੀ ਘਟਨਾ ਮੁੜ ਅੱਖ ਆ ਗਈ। ਹੁਣ ਸਵਾਲ ਇਹ ਹੈ ਕਿ ਵਿਵੇਕ ਕੁਮਾਰ ਦੀ ਕੀ ਇੰਨੀ ਹਿੰਮਤ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਹੁਣ ਇਹਦਾ ਪਹਿਲੂ ਇਹ ਨਿਕਲਿਆ ਕਿ ਜਦੋਂ ਐਨਜੀਓ ਚ ਕੰਮ ਕਰਦੇ ਸੀ ਦੋਨੇ ਜਣੇ, ਸਵਾਤੀ ਮਾਲੀਵਾਲ ਤੇ ਵਿਵੇਕ ਕੁਮਾਰ, ਤਾਂ ਉਸ ਸਮੇਂ ਸਵਾਤੀ ਮਾਲੀਵਾਲ ਉਸ ਐਨਜੀਓ ਦੀ ਆਲ ਇਨ ਆਲ ਸੀ, ਚਿਹਰਾ ਮੋਹਰਾ ਨਾਮ ਸਾਰਾ ਕੁਛ ਉਹ ਸੀ, ਤੇ ਇੱਕ ਤਰ੍ਹਾਂ ਨਾਲ ਵਿਵੇਕ ਕੁਮਾਰ ਦੀ ਬੌਸ ਸੀ ਉਹ। ਦੇਖ ਲਓ, ਤੇ ਉਹਨੂੰ ਲੱਗਿਆ ਕਿ ਜਿਹੜਾ ਮੇਰੇ ਅੰਡਰ ਕੰਮ ਕਰਦਾ ਸੀ ਉਹ ਮੈਨੂੰ ਰੋਕ ਰਿਹਾ ਅੱਜ। ਇੱਕ ਪਹਿਲੂ ਇਹ, ਦੂਸਰਾ ਵਿਵੇਕ ਕੁਮਾਰ ਆਪਣੇ ਨਵੇਂ ਆਕਾ ਦੇ ਹੁਕਮਾਂ ਦੇ ਹਿਸਾਬ ਨਾਲ ਰੋਕ ਰਿਹਾ ਹੋਊਗਾ, ਇਹਦਾ ਮਤਲਬ ਉਹ ਆਪਣੇ ਆਪ ਕਿਉਂ ਰੋਕੂਗਾ। ਸੋ ਇਸ ਪਹਿਲੂ ਚ ਗੱਲ ਉਭਰੀ ਕਿ ਉਸ ਦਿਨ 13 ਮਈ ਨੂੰ ਸਵਾਤੀ ਮਾਲੀਵਾਲ ਨੂੰ ਇਹ ਜਾਣਕਾਰੀ 12 ਨੂੰ ਮਿਲ ਗਈ ਸੀ ਕਿ ਮੈਨੂੰ ਹਟਾ ਕੇ ਇੱਕ ਵਕੀਲ ਸਾਹਿਬ ਨੂੰ ਰਾਜਸਭਾ ਦੇਣ ਦੀ ਤਿਆਰੀ ਹੈ, ਤੇ ਉਹਨੂੰ ਬਰਕਰਾਰ ਰਾਹੀਂ ਕਹਿੰਦੇ ਕਿ ਇਹ ਸੁਨੇਹਾ ਵੀ ਲਗਭਗ ਪਹੁੰਚਿਆ ਸੀ ਕਿ ਤੁਸੀਂ ਅਸਤੀਫਾ ਦੇ ਦਿਓ, ਤੁਹਾਨੂੰ ਪਾਰਟੀ ਚ ਚੰਗੇ ਅਹੁਦੇ ਤੇ ਐਡਜਸਟ ਕੀਤਾ ਜਾਊਗਾ, ਠੀਕ ਹੈ। ਸੋ ਕਹਿੰਦੇ ਇਸੇ ਸੁਨੇਹੇ ਦੀ ਪੁਸ਼ਟੀ ਕਰਨ ਲਈ ਜਾਂ ਆਪਣੇ ਅਸਤੀਫੇ ਨੂੰ ਲੈ ਕੇ ਖੜੇ ਹੋ ਰਹੇ ਮਸਲੇ ਨੂੰ ਹੱਲ ਕਰਨ ਲਈ ਜਾਂ ਆਪਣਾ ਅਸਤੀਫਾ ਜਾਂ ਆਪਣੀ ਰਾਜ ਸਭਾ ਬਚਾਉਣ ਦੇ ਲਈ ਕਹਿੰਦੇ ਸਵਾਤੀ ਮਾਲੀਵਾਲ ਕੇਜਰੀਵਾਲ ਦੇ ਨਾਲ ਮੁਲਾਕਾਤ ਕਰ ਗਈ ਸੀ। ਹੁਣ ਇਸ ਗੱਲ ਨੂੰ ਹੋਰ ਹਵਾ ਕਿੱਥੋਂ ਮਿਲਦੀ ਹੈ ਪ੍ਰਵੀਨ ਜੀ, ਕਿ 12 ਮਈ ਨੂੰ 13 ਮਈ ਵਾਲੀ ਇਸ ਘਟਨਾ ਤੋਂ ਪਹਿਲਾਂ ਸਵੇਰੇ 9:30 ਪਹੁੰਚਦੀ ਹੈ, ਜਿਹਦਾ ਮਤਲਬ 12 ਨੂੰ ਕੁਛ ਹਲਚਲ ਹੋਈ ਹੈ ਨਾ, ਤਾਂ ਹੀ ਸਵੇਰੇ ਪਹੁੰਚ ਗਈ ਬੀਬੀ। 12 ਮਈ ਨੂੰ ਅਰਵਿੰਦ ਕੇਜਰੀਵਾਲ ਆਪਣੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਦੇ ਨਾਲ ਅਭਿਸ਼ੇਕ ਮਨੂ ਸਿੰਘਵੀ ਨੂੰ ਮਿਲਣ ਜਾਂਦੇ ਨੇ ਜੀ, ਤੇ ਇਹ ਚਰਚਾ ਨਿਕਲ ਕੇ ਆ ਰਹੀ ਹੈ ਕਿ ਸਵਾਤੀ ਮਾਲੀਵਾਲ ਦੀ ਥਾਂ ਤੇ ਕੇਜਰੀਵਾਲ ਹੁਣ ਅਭਿਸ਼ੇਕ ਮਨੂ ਸਿੰਘਵੀ ਨੂੰ ਰਾਜ ਸਭਾ ਭੇਜਣਾ ਚਾਹੁੰਦੇ ਨੇ। ਹੁਣ ਇਹਦੇ ਵਿੱਚ ਕੋਈ ਦੋ ਰਾਏ ਨੀ ਕਿ ਅਭਿਸ਼ੇਕ ਮਨੂ ਸਿੰਘ ਵੀ ਵੱਡੇ ਵਕੀਲ ਵੀ ਨੇ ਤੇ ਕਾਂਗਰਸ ਦੇ ਵੱਡੇ ਲੀਡਰ ਵੀ ਨੇ, ਤੇ ਉਹਨਾਂ ਨੇ ਰਾਜ ਸਭਾ ਦੀਆਂ ਪੌੜੀਆਂ ਬਾਇਆ ਹਿਮਾਚਲ ਚੜ੍ਹਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਸੀ, ਪਰ ਉਹ ਸਫਲ ਨਹੀਂ ਹੋਏ। ਸੋ ਇਸ ਲਈ ਮਤਲਬ ਉਹ ਲਾਲਸਾ ਵੀ ਕਿਤੇ ਨਾ ਕਿਤੇ ਪਈ ਹੋਣੀ ਕਿ ਮੈਂ ਇੱਕ ਤਾਰੁਕ ਕਰਕੇ ਦਿਖਾਉਣਾ। ਤੇ ਇੱਧਰ ਇਸ ਮੌਕੇ ਸ਼ਰਾਬ ਘੁਟਾਲੇ ਦੇ ਮਾਮਲੇ ਚ ਅਰਵਿੰਦ ਕੇਜਰੀਵਾਲ ਦੇ ਉਹ ਵਕੀਲ ਨੇ, ਹਾਂਜੀ ਹਾਂਜੀ, ਤੇ ਇਸ ਗੱਲ ਨੇ ਉਹਨਾਂ ਨੂੰ ਕੇਜਰੀਵਾਲ ਦੇ ਨੇੜੇ ਵੀ ਲਿਆਂਦਾ ਹੋਣਾ। ਤੇ ਹੁਣ ਜੇ ਉਹ 12 ਮਈ ਨੂੰ ਮੁਲਾਕਾਤ ਹੁੰਦੀ ਆ ਤਾਂ ਕੇਜਰੀਵਾਲ ਦੀ ਧਿਰ ਤੇ ਅਭਿਸ਼ੇਕ ਮਨੂ ਸਿੰਘਵੀ ਦੀ ਧਿਰ ਇਹ ਕਹਿ ਸਕਦੀ ਹੈ ਕਿ ਉਹ ਸਾਡਾ ਕਲਾਇੰਟ ਹੈ ਜਾਂ ਉਹ ਸਾਡੇ ਵਕੀਲ ਨੇ, ਅਸੀਂ ਤਾਂ ਉਸ ਸੰਬੰਧ ਚ ਮੁਲਾਕਾਤ ਕੀਤੀ ਆਪਣੇ ਕੇਸ ਦੇ ਸੰਬੰਧ ਚ। ਹਾਂਜੀ ਹਾਂਜੀ, ਪਰ ਸਵਾਤੀ ਮਾਲੀਵਾਲ ਜਾਂ ਕੇਜਰੀਵਾਲ ਦੀ ਹੋਰ ਟੀਮ ਦੇ ਜਾਂ ਉਸ ਦੇ ਆਲੇ ਦਲਦਿਆਂ ਨੂੰ ਇਹ ਲੱਗ ਰਿਹਾ ਕਿ ਇਹ ਸਾਰੀ ਕਹਾਣੀ ਰਾਜਸਭਾ ਨੂੰ ਲੈ ਕੇ ਆ। ਇਹ ਸਭ ਦੇ ਦਰਮਿਆਨ ਜਿਹੜੀ ਬਿਨਾਂ ਰੋਕ ਟੋਕ ਮਿਲ ਲੈਂਦੀ ਸੀ ਉਸ ਨੂੰ ਫਿਰ ਰੁਕਣਾ ਕਿਉਂ ਪਿਆ, ਉਸ ਦੇ ਰਾਹ ਚ ਰੋੜੇ ਕਿੱਥੋਂ ਆਏ, ਕਿਉਂਕਿ ਕੇਜਰੀਵਾਲ ਕਹਿੰਦੇ ਉਹਨੂੰ ਹੁਣ ਮਿਲਣਾ ਨੀ ਚਾਹੁੰਦੇ ਸੀ। ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ, ਕੋਈ ਇਸ ਗੱਲ ਤੋਂ ਵੀ ਨਾਰਾਜ਼ ਨਹੀਂ ਕਿ ਬੀਬੀ ਤੂੰ ਤਾਂ ਇੰਨੀ ਤੇਜ਼ ਤਰਾਰ ਸੀ, ਤੇਰੇ ਨਾਲ ਦੇ ਸਾਥੀ ਕਹਿੰਦੇ ਕਿ ਤੂੰ ਤਾਂ ਚੁੱਪ ਰਹਿਣ ਵਾਲੀ ਨੀ ਤੇ ਮੇਰੇ ਜੇਲ੍ਹ ਜਾਣ ਤੋਂ ਬਾਅਦ ਤੂੰ ਬੋਲੀ ਨੀ, ਤੂੰ ਰਿਐਕਟ ਨੀ ਕੀਤਾ। ਤੇ ਦੂਸਰਾ ਕਹਿੰਦੇ ਇਸ ਗੱਲ ਤੋਂ ਵੀ ਨਾਰਾਜ਼ ਸੀ ਕਿ ਉਹਨਾਂ ਦਿਨਾਂ ਚ ਅਮਰੀਕਾ ਛੁੱਟੀਆਂ ਕੱਟ ਰਹੀ ਸੀ ਤੂੰ, ਪਰ ਇਹੋ ਪਹਿਲੂ ਨਹੀਂ, ਤਾਜ਼ਾ ਪਹਿਲੂ ਇਹ ਵੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਇਹ ਵੀ ਸੂਚਨਾ ਮਿਲ ਰਹੀ ਹੈ ਕਿ ਬੀਬੀ ਭਾਜਪਾ ਦੇ ਸੰਪਰਕ ਚ ਹੈ। ਤੇ ਇਸ ਲਈ ਉਹ ਸੰਜੇ ਸਿੰਘ ਦੀ ਪ੍ਰੈਸ ਕਾਨਫਰੰਸ ਡੈਮੇਜ ਕੰਟਰੋਲ ਵਜੋਂ ਵੇਖੀ ਗਈ, ਪਰ ਅਚਾਨਕ ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ਸਵੈ ਨੋਟਿਸ ਲੈਣਾ ਇਸ ਨੂੰ ਭਾਜਪਾ ਵਾਲੇ ਪਾਸੋਂ ਦੇਖਿਆ ਜਾ ਰਿਹਾ। ਤੇ ਅਭਿਸ਼ੇਕ ਮਨੂ ਸਿੰਘਵੀ ਨੇ ਅਜੇ ਕਾਂਗਰਸ ਛੱਡੀ ਨਹੀਂ ਹੈ,
ਤੇ ਇੱਧਰ ਪ੍ਰਿਯੰਕਾ ਗਾਂਧੀ ਸਵਾਤੀ ਮਾਲੀਵਾਲ ਦੇ ਹੱਕ ਚ ਬੋਲ ਰਹੀ ਹੈ ਕਿ ਜਿਹੜੀ ਗੱਲ ਭਾਜਪਾ ਜਾਣਦੀ ਆ ਉਹਨੂੰ ਕਾਂਗਰਸ ਨੂੰ ਵੀ ਪਤਾ ਲੱਗ ਗਈ ਕਿ ਜੇ ਸਵਾਤੀ ਮਾਲੀਵਾਲ ਜਿੱਧਰ ਵੀ ਜਾਊਗੀ ਰਾਜਸਭਾ ਨਾਲ ਆਊਗੀ। ਸੋ ਇਸ ਲਈ ਜੇ ਉਹ ਅਸਤੀਫਾ ਨਹੀਂ ਦਿੰਦੀ ਪਾਰਟੀ ਵੀ ਬਦਲ ਲੈਂਦੀ ਹੈ ਕਿਸੇ ਹੋਰ ਧਿਰ ਨਾਲ ਵੀ ਖੜ ਜਾਂਦੀ ਹੈ ਤਾਂ ਵੀ ਉਹਦੀ ਰਾਜਸਭਾ ਦੀ ਸੀਟ 2023-30 ਤੱਕ ਬਰਕਰਾਰ ਹੈ। ਸੋ ਇਸ ਲਈ ਹੁਣ ਇਹ ਸਾਰਾ ਬਖੇੜਾ ਕਹਿੰਦੇ ਰਾਜਸਭਾ ਦੀ ਸੀਟ ਨੂੰ ਲੈ ਕੇ ਹੈ, ਪਰ ਸਵਾਤੀ ਮਾਲੀਵਾਲ ਨੇ ਕਿਹਾ ਕਿ ਮੇਰੇ ਨਾਲ ਬਦਸਲੂਕੀ ਹੋਈ, ਮੇਰੇ ਨਾਲ ਜਾਤੀ ਹੋਈ, ਮੇਰੇ ਨਾਲ ਕੁੱਟਮਾਰ ਹੋਈ। ਸੋ ਹੁਣ 3 ਦਿਨਾਂ ਬਾਅਦ ਪੁਲਿਸ ਬਿਆਨ ਦਰਜ ਕਰਦੀ ਹੈ, 3 ਦਿਨਾਂ ਬਾਅਦ FIR ਹੁੰਦੀ ਹੈ, 3 ਦਿਨਾਂ ਬਾਅਦ ਮੈਡੀਕਲ ਹੁੰਦਾ ਹੈ, ਤੇ ਇਹਦਾ ਕੀ ਰਾਜਨੀਤਿਕ ਪਹਿਲੂ ਦ੍ਰਿਸ਼ ਬਣੂਗਾ ਇਹ ਆਉਣ ਵਾਲਾ ਸਮਾਂ ਦੱਸੂਗਾ। ਫਿਲਹਾਲ ਸੰਜੇ ਸਿੰਘ ਨੇ ਤਾਂ ਇਹ ਕਹਿ ਕੇ ਸਾਰਤਾ ਸੀਗਾ ਕੇਜਰੀਵਾਲ ਜੀ ਨੂੰ ਪਤਾ ਉਹ ਕਾਰਵਾਈ ਕਰਨਗੇ, ਪਰ ਜੇ ਕੇਜਰੀਵਾਲ ਜੀ ਨੂੰ ਪਤਾ ਤੇ ਕਾਰਵਾਈ ਕਰਨਗੇ ਫਿਰ ਹੁਣ ਤੱਕ PA ਨੂੰ ਨਾ ਹਟਾਇਆ ਨਾ ਨੋਟਿਸ ਜਾਰੀ ਕੀਤਾ, ਉਲਟਾ ਉਹਨੂੰ ਨਾਲ ਲੈ ਕੇ ਘੁਮਾਇਆ ਜਾ ਰਿਹਾ, ਸੈਰ ਕਰਾਈ ਜਾ ਰਹੀ ਆ। ਸੋ ਇੱਥੋਂ ਪਤਾ ਲੱਗਦਾ ਕਿ ਵਿਵੇਕ ਕੁਮਾਰ ਕਿੰਨੇ ਕੇਜਰੀਵਾਲ ਦੇ ਨੇੜੇ ਹੋ ਚੁੱਕੇ ਨੇ, ਕਿੰਨੇ ਖਾਸ ਨੇ ਉਹਨਾਂ ਦੇ ਪਰਸਨਲ ਸੈਕਟਰੀ ਨੇ। ਔਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਉਹ ਵਿਅਕਤੀ ਨੇ ਜਿਹਦੇ ਨਾਲ ਜੇਲ੍ਹ 'ਚ ਰੋਜ਼ ਮੁਲਾਕਾਤ ਕਰਨ ਦੀ ਪਰਮਿਸ਼ਨ ਲਈ ਹੋਈ ਸੀ ਕੇਜਰੀਵਾਲ ਨੇ, ਇਹਦਾ ਮਤਲਬ ਕਿੰਨਾ ਖਾਸ ਹੋਏਗਾ। ਧਰਮ ਪਤਨੀ ਤੇ ਵਿਵੇਕ ਕੁਮਾਰ ਇਹ ਦੋ ਵਿਅਕਤੀ ਸੀ ਜਿਹਨਾਂ ਨੂੰ ਕੇਜਰੀਵਾਲ ਨੇ ਕਿਹਾ ਸੀਗਾ ਕਿ ਮੈਨੂੰ ਰੋਜ਼ ਮਿਲ ਸਕਦੇ ਨੇ। ਜੀ ਜੀ ਬਿਲਕੁਲ। ਤੇ ਦੂਜੀ ਗੱਲ ਇਹ ਵੀ ਹੈ ਨਾ ਕਿ ਇਉਂ ਪ੍ਰਤੀਤ ਹੁੰਦਾ ਸ਼ਰਮਾ ਜੀ ਜੋ ਤੁਹਾਡੀ ਗੱਲਬਾਤ ਵੀ ਸੁਣਦੇ ਆ ਜਾਂ ਜੋ ਇਹ ਵਾਪਰ ਰਹੀਆਂ ਲਗਾਤਾਰ ਘਟਨਾਵਾਂ ਕਿ ਅੰਦਰ ਖਾਤੇ ਆਮ ਆਦਮੀ ਪਾਰਟੀ ਦੇ ਵਿੱਚ ਦੋ ਗਰੁੱਪ ਬਣ ਗਏ ਆ। ਇੱਕ ਉਹ ਜਿਹੜਾ ਗਰੁੱਪ ਆਲ ਇਨ ਆਲ ਸਾਰੇ ਕਾਸੇ ਤੇ ਕਬਜ਼ਾ ਚਾਹੁੰਦਾ ਹੈ, ਇੱਕ ਉਹ ਜਿਹੜਾ ਗਰੁੱਪ ਇਹ ਚਾਹੁੰਦਾ ਹੈ ਕਿ ਥੋੜੀ ਜਿਹੀ ਡੈਮੋਕ੍ਰੇਸੀ ਅੰਦਰ ਬਚੀ ਰਹੇ ਤਾਂ ਜੋ ਬਾਹਰ ਬੋਲਣ ਜੋਗੇ ਰਹੀਏ ਬਾਹਰ ਪ੍ਰਵੀਨ ਜੀ ਤੁਸੀਂ ਨਾ ਇੱਕ ਵੱਡਾ ਸਵਾਲ ਖੜਾ ਕਰ ਰਹੇ ਹੋ। ਜੀ ਜੀ ਮੈਂ ਇਸ ਮਾਮਲੇ 'ਚ ਅਜੇ ਸਪਸ਼ਟ ਨਹੀਂ ਹਾਂ, ਪਰ ਮੈਨੂੰ ਸ਼ੈਲੀ ਤੋਂ ਬੋਲੀ ਤੋਂ ਅੰਦਾਜ਼ ਤੋਂ ਇਹ ਵੀ ਲੱਗ ਰਿਹਾ ਕਿ ਸੰਜੇ ਸਿੰਘ ਵੀ ਹੁਣ ਕਿਸੇ ਹੋਰ ਪਾਲੇ 'ਚ ਖੜਨ ਲਈ ਬਾਰੇ ਸੋਚਣ ਲੱਗੇ। ਹਾਂਜੀ ਹਾਂਜੀ ਨਹੀਂ ਦੇਖੋ ਸੰਜੇ ਹੋਰ ਪਾਲੇ 'ਚ ਵੀ ਹੋ ਸਕਦਾ। ਦੂਜਾ ਇਹ ਕਿ ਅੰਦਰ ਖਾਤੇ ਜਿਹੜੀ ਦਿੱਲੀ ਦੇ ਵਿੱਚ ਜਿਹੜੀ ਪਾਰਟੀ ਆ ਨਾ ਰਾਘਵ ਚੱਡੇ ਦਾ ਬਾਹਰੋਂ ਨਾ ਆਉਣਾ, ਦੂਜਿਆਂ ਦਾ ਰਾਜ ਸਭਾ ਮੈਂਬਰਾਂ ਦਾ ਚੁੱਪ ਕਰ ਜਾਣਾ, ਸੋ ਇਹ ਗੱਲ ਇੱਥੋਂ ਵੀ ਉੱਠੀ ਵੀ ਜੇਕਰ ਆਪਾਂ ਇਸ ਤਰ੍ਹਾਂ ਹੀ ਕਰਦੇ ਰਹੇ ਕਿ ਫਲਾਂ ਬੰਦੇ ਨੂੰ VIP ਨੂੰ ਰਾਜ ਸਭਾ ਭੇਜਤਾ ਫਲਾਂ ਬੰਦੇ ਨੂੰ, ਸਾਡੇ ਲਈ ਲੜੂ ਕੌਣ? ਤੇ ਜਦੋਂ ਇਹ ਗੱਲਾਂ ਛਿੜੀਆਂ ਤਾਂ ਉਹ ਕਹਿੰਦੇ ਕਿ ਫਿਰ ਸਾਨੂੰ ਸਿਖਾਓ ਨਾ, ਅਸੀਂ ਇੱਥੇ ਤੱਕ ਆਏ ਹਾਂ ਤਾਂ ਕਿਸੇ ਗੱਲ ਕਰਕੇ ਹੀ ਆਏ ਹਾਂ, ਤਾਂ ਫਿਰ ਇਹ ਗੱਲਾਂ ਤੁਹਾਨੂੰ ਪਤਾ ਹੈ ਫਿਰ ਜਦੋਂ ਕਿਸੇ ਦੀ ਈਗੋ ਹਰਟ ਹੁੰਦੀ ਹੈ ਨਾ, ਖਾਸ ਕਰਕੇ ਜਿਹੜੇ ਬੰਦੇ ਕੋਲ ਪਾਵਰ ਹੋਵੇ ਉਹ ਫਿਰ ਬਹੁਤ ਚੀਜ਼ਾਂ ਨੂੰ ਹੋਰ ਤਰੀਕੇ ਨਾਲ ਘੁਮਾਉਂਦਾ। ਹੁਣ ਜਿਹੜੀ ਜਿਹੜੀ ਸਵਾਤੀ ਮਾਲੀਵਾਲ ਦੇ ਅਮਰੀਕਾ ਜਾਣ ਵਾਲੀ ਘਟਨਾ, ਹਾਂਜੀ ਹਾਂਜੀ ਹਾਂਜੀ, ਉਸ ਨੂੰ ਇਸ ਐਂਗਲ ਤੋਂ ਵੀ ਮਤਲਬ ਕੇਜਰੀਵਾਲ ਦੀ ਧਿਰ ਬਾਚ ਰਹੀ ਆ ਕਿ ਸਵਾਤੀ ਮਾਲੀਵਾਲ ਨਾਰਾਜ਼ ਹੋ ਕੇ ਗਈ ਸੀ, ਕਹਿੰਦੇ ਕਿ ਉਹ ਚਾਹੁੰਦੀ ਸੀ ਕਿ ਸੁਨੀਤਾ ਕੇਜਰੀਵਾਲ ਜਾਂ ਆਤਸ਼ੀ ਦਾ ਨਾਂ ਨਾ ਵਿਚਾਰੋ, ਹੈ CM ਕਾਰਜਕਾਰੀ CM ਦੇ ਵਜੋਂ ਮੇਰਾ ਨਾਂ ਵਿਚਾਰੋ, ਇਹ ਵੀ ਪਹਿਲੂ ਆ ਰਿਹਾ। ਜੀ 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 ਬਿਲਕੁਲ।